الله من كل شيء الفاتحة. بسم الله الرحمن الرحيم. ਇੱਕ ਫਾਤਿਹਾ ਜਿਹੜੇ ਸ਼ਹੀਦ ਹੋਏ ਸਿਆਲਕੋਟ ਦੇ ਵਿੱਚ ਉਹਨਾਂ ਦੇ ਵਾਸਤੇ ਸਾਰੇ مجلس دی قبولیت واسطے ایک دفعہ تکلیف کرو صلوات ساری پڑھو ਸਾਰਿਆਂ ਦਾ ਪ੍ਰੋਗਰਾਮ ਹੋਵੇ ਤਾਂ ਮੈਂ ਤੁਹਾਨੂੰ ਇੱਕ ਦੋ ਗੱਲਾਂ ਫਜ਼ਾਇਲ ਦੀਆਂ ਸੁਣਾਵਾਂ ਚਾ ਦੇਖੋ ਭਾਈਓ, ਇੱਧਰ ਸੇ ਆਲੇ ਮੁਹੰਮਦ ਹੈ, ਜ਼ਿੰਦਗੀ ਦਾ ਪਤਾ ਨਹੀਂ ਕਿਸਲੇ ਮੁੱਕ ਜਾਣੀ। ਅਲੀ ਦੇ ਸ਼ੀਆ ਮੌਤ ਤੋਂ ਨਹੀਂ ਡਰਦੇ। ਇਹ ਤੁਸੀਂ ਆਸੇ ਪਾਸੇ ਦਾ ਖਿਆਲ ਛੋੜੋ, ਤੁਸੀਂ ਮੇਰੇ ਨਾਲ ਥੋੜ੍ਹਾ ਮਿਹਰਬਾਨੀ ਕਰੋ। ਮੌਤ ਹੱਕ ਹੈ, ਆਉਣੀ ਹੈ। ਔਰ ਮੈਂ ਰਾਤ ਵੀ ਅਰਜ਼ ਕੀਤਾ, ਮੌਤ ਅਲੀ ਦੇ ਸ਼ੀਆ ਇਸ ਵਾਸਤੇ ਮੌਤ ਤੋਂ ਨਹੀਂ ਡਰਦੇ ਕਿ ਮੌਤ ਮੁਰਸ਼ਦ ਅਲੀ ਦੀ ਮੁਲਾਕਾਤ ਦਾ ਇੱਕ ਬਹਾਨਾ ਹੈ। ਔਰ ਉਹ ਬੜੇ ਬਖਤਾਂ ਵਾਲੇ ਲੋਕ ਗੁਜ਼ਰੇ ਜਿਹੜੇ ਕਿਸੇ ਦੇ ਲੜ ਲੱਗ ਕੇ ਟੁਰ ਗਏ। ਮਰ ਤੇ ਜਾਣਾ ਹੈ, ਜੋ ਫਨਾਦੀ ਹੈ, ਮਰਨਾ ਹੈ, ਲੇਕਿਨ
ਨਾਰਾਜ਼ ਨਾ ਹੋਵਣਾ ਅੱਜ ਦੀਆਂ ਮੇਰੀ ਗੱਲਾਂ 'ਤੇ, ਦਿਲ ਦੁੱਖ ਦੇ 'ਤੇ ਗੱਲਾਂ ਰਾਤ ਵੀ ਕਰਨੀਆਂ ਹਨ, ਲੇਕਿਨ ਰਾਤੀ ਵਕਤ ਇਤਨਾ ਕਿਹਾ। ਇੱਕ ਬੰਦੇ ਨੂੰ ਹੀ ਮੇਰੀ ਬਾਤ ਦੀ ਸਮਝ ਆ ਗਈ, ਮੇਰੀ ਬਖਸ਼ਿਸ਼ ਦਾ ਬਹਾਨਾ ਬਣ ਜਾ ਸੀ। ਮੌਤ ਤੋਂ ਅਸਾਂ ਨਹੀਂ ਡਰਦੇ। ਅਲੀ ਵਾਲੇ ਨਾ ਡਰੇ ਮੌਤ ਤੋਂ, ਨਾ ਅੱਗੋਂ ਡਰਨੇ। ਇਹ ਵਕਤ ਆਉਂਦਾ ਪਿਆ ਹੈ, ਸ਼ੀਆ ਨੇ ਅਲੀ ਇਮਤਿਹਾਨ ਦਾ ਵਕਤ ਹੈ, ਕਿਉਂਕਿ ਮਾਸੂਮ ਦੀ ਆਮਦ ਕੋਈ ਪਤਾ ਨਹੀਂ ਕਿਸ ਵੇਲੇ ਹੋ ਜਾਏ। ਇਲਮ ਨਹੀਂ, ਵਕਤ ਦਾ ਪਤਾ ਨਹੀਂ, ਮਾਸੂਮ ਕਿਸ ਲਿਆ। ਔਰ ਮੇਰੀ ਗੱਲ ਇੱਕ ਯਾਦ ਰੱਖਣਾ, ਜਿਹਨਾਂ ਦੀ ਦੀਦ ਮੇਰੇ ਪਾਸੇ ਹੈ, ਮਾਸੂਮ ਆਪਣੇ ਲੜਨਾ ਕੇ ਹਰ ਬੰਦੇ ਨੂੰ ਮੌਤ ਨਹੀਂ ਦਿੰਦੇ। ਸਮਝ ਤੇ ਭਾਵੇਂ ਨਾ ਸਮਝ, ਭਾਵੇਂ ਉਸ ਪਾਸੇ ਵੇਖਦਾ ਰਹੋ, ਤੇਰੀ ਆਪਣੀ ਮਰਜ਼ੀ ਹੈ। ਜੇ ਨੀਤੀ ਆਈ ਤਾਂ ਫਿਰ ਬੰਦਿਆਂ ਰੀਤ ਨੀਤ ਸਾਡੀ ਆਂਝਾਂ 'ਚ ਕੀਤੀਆਂ ਰਹਿੰਦੀ, ਨਹੀਂ ਨਹੀਂ ਤਾਂ ਮੈਂ ਤੈਨੂੰ ਨਾ ਆਖਾਂ। ਮੇਰੇ ਕੋਲ ਵਾਸਤਾ ਨਹੀਂ ਪਾਇਆ ਜੋ ਬੰਦੇ ਜਿਹੜੇ ਬਾਹਰ ਬੈਠੇ ਨੇ ਅੰਦਰ ਆ ਜਾਓ, ਮੈਂ ਬੜਾ ਵੱਡਾ ਜ਼ਾਕਿਰ ਬਣਨਾ ਨਾ। ਜ਼ਾਕਿਰ ਜਿਤਨਾ ਮੈਨੂੰ ਬਤੂਲ ਦੀਆਂ ਦੀਆਂ ਬਣਾ ਛੋੜਿਆ, ਅਲਹਮਦੁਲਿਲਾ, ਇਤਨਾ ਹੀ। ਇਸ ਵਕਤ ਤੋਂ ਅੱਗੇ ਮੌਤ ਹੈ ਮੈਨੂੰ ਜ਼ਾਕਿਰੀ ਨੇ, ਮੇਰੀ ਔਕਾਤ ਤੋਂ ਜ਼ਾਕਿਰੀ ਮੈਨੂੰ ਜ਼ਿਆਦਾ ਮਿਲ ਗਈ। ਮਾਈਆਂ ਚੁੱਪ ਕਰਕੇ ਮਜਲਿਸ ਸੁਣੋ, ਨਹੀਂ ਤਾਂ ਆਪਣੇ ਘਰ ਨੂੰ ਵੰਜੋ। ਹੁਕਮੇ ਸ਼ਰੀਅਤ ਹੈ, ਪਰਦੇਦਾਰ ਦੀ ਆਵਾਜ਼ ਗੈਰ ਮਰਦ ਤੱਕ ਨਾ ਪਹੁੰਚੇ। ਗੈਰ ਮਰਦ ਤੱਕ ਪਰਦੇਦਾਰ ਦੇ ਬੋਲਣ ਦੀ ਆਵਾਜ਼ ਨਾ ਆਵੇ। ਇਹ ਮੈਂ ਘਰ ਬਣਾਈ ਗੱਲ ਨਹੀਂ, ਅੱਲਾ ਬਾਦਸ਼ਾਹ ਫਰਮਾਇਆ। ਵਕਤ ਔਖਾ ਹੈ, ਟਾਈਮ ਔਖਾ। ਮੇਰੀ ਆਵਾਜ਼ ਜਾ ਵੀ ਰਹੀ, ਮੇਰੀ ਆਵਾਜ਼ ਸੁਣ ਵੀ ਰਹੇ। ਜੇ ਅਲੀ ਦੇ ਸ਼ੀਆ ਹੋ ਤਾਂ ਅਲੀ ਦੇ ਸ਼ੀਆ ਬਣ ਜਾਓ। ਰਾਜ਼ੀ ਹੋ, ਨਾਰਾਜ਼ ਹੋ, ਸਾਧ ਨਾ ਸਾਧ, ਤੇਰੀ ਆਪਣੀ ਮਰਜ਼ੀ ਹੈ। ਮੇਰਾ ਰਿਜ਼ਕ ਕਿਸੇ ਕੋਲ ਨਹੀਂ, ਮੇਰਾ ਰਿਜ਼ਕ ਇਮਾਮ ਰਜ਼ਾ ਦੀ ਜੁੱਤੀ ਦੀ ਠੋਕਰ ਵਿੱਚ ਹੈ। ਅਜ਼ਾਦਾਰ ਦਾ ਬਹੁਤ ਮੁਕਾਮ ਹੈ, ਇਹ ਮਿੰਬਰ ਤੇ ਖਲੋਵਣ ਵਾਲਿਆਂ ਦਾ ਬਹੁਤ ਮੁਕਾਮ ਹੈ। ਆਪਣੇ ਘਰਾਂ ਦੇ ਝਗੜੇ ਛੋੜ ਦੇ, ਇਮਾਮ ਦੇ ਮੁਤਲਕ ਸੋਚ। ਇਹ ਸਾਡੀਆਂ ਚਪੇੜਾਂ ਸਾਡੇ ਮੂੰਹ ਤੇ ਵੱਜਦੀਆਂ ਪਈਆਂ ਨੇ। ਬੋਲੋ ਤੇ ਭਾਵੇਂ ਨਾ ਬੋਲੋ, ਜੰਗਲ 'ਚ ਬਾਦਸ਼ਾਹ ਦਾ ਆਲਮ ਜਾ ਕੇ ਲਾ, ਮੇਰਾ ਇਮਾਨ ਹੈ। ਜੰਗਲ 'ਚ ਲਾ ਕੇ ਘਰ ਆ ਜਾ, ਤੇ ਕਿਸੇ ਨੂੰ ਆਖੇ ਨੂੰ ਅੱਗ ਲਾ ਕੇ ਘਰ ਤੱਕ ਪਹੁੰਚ ਜਾਏ, ਜੇ ਅੰਨਾ ਨਾ ਹੋ ਜਾਏ ਮੇਰੀ ਜ਼ੁਬਾਨ ਕੱਟ ਦੇ। ਮਜਲਿਸ ਦਾ ਕੋਈ ਮੁਕਾਮ ਹੈ, ਮੈਂਬਰ ਤੇ ਖੜਨ ਵਾਲਿਆਂ ਦਾ ਕੋਈ ਹੱਕ ਹੈ? ਅਸੀਂ ਘਰੋਂ ਤੈਨੂੰ ਨਵੀਆਂ ਤਰਜ਼ਾਂ ਸੁਣਾਵੇ ਨਹੀਂ ਆਏ। ਮਰਨਾ ਨਹੀਂ ਆਈ, ਮਾਸੂਮ ਦੇ ਸਾਹਮਣੇ ਪੇਸ਼ ਨਹੀਂ ਹੋਣਾ। ਇਮਾਮ ਗਿਰੇਬਾਨ 'ਚ ਹੱਥ ਪਾ ਕੇ ਨਹੀਂ ਆਖਣਾ, ਲੰਗਰ ਮੇਰਾ ਖਾਂਦਾ ਹੈ, ਮੈਂਬਰ ਮੇਰੇ ਤੇ ਕਿਆ ਕਰਦਾ ਹੈ। ਰਾਜ਼ੀ ਹੋ, ਭਾਵੇਂ ਨਾਰਾਜ਼ ਹੋ, ਨਾ ਸੱਦੋ। ਮਾਸੂਮ ਦਾ ਇੱਕ ਫਰਮਾਨ ਵੀ ਹੈ, ਮੈਂ ਆਪ ਪੜਿਆ, ਝੂਠ ਬੋਲਾਂ ਲਾਂਤੀ ਹੋਵਾਂ। ਇਮਾਮ ਫਰਮਾਇਆ, ਮੇਰੇ ਮੈਂਬਰ ਤੇ ਬਾਂਦਰ ਨੱਚਸਨ, ਮੇਰੀਆਂ ਗੱਲਾਂ ਦੂਰ ਤੱਕ ਜਾਣਿਆ ਤਾਂ ਬੜੀਆਂ ਕਰਨੀਆਂ ਨੇ। ਅਲਵੀ ਸਿਆਲਕੋਟ 'ਚ ਕੀ ਕਰਕੇ ਤੁਰ ਗਿਆ? ਗੱਲਾਂ ਮੈਂ ਰਾਤ ਵੀ ਕਰਨੀਆਂ, ਲੇਕਿਨ ਦਾਮਾ ਨੇ ਵਕਤ 'ਚ ਉਸਲੇ ਵਸਤ ਕੋਈ ਨਾ। ਇਹ ਮੇਰੇ ਦਿਲ ਦੀ ਆਵਾਜ਼ ਆਏ, ਮੇਰੀ ਜ਼ਾਕਰੀ ਨਹੀਂ। ਮੈਂ ਕਿਸੇ ਤੇ ਹਿੱਟ ਨਹੀਂ ਪਿਆ ਕਰਦਾ, ਲਾਂਤੀ ਬੰਦਾ ਜਿਹੜਾ ਕਿਸੇ ਤੇ ਤੰਜ਼ ਕਰੇ ਚਾ। ਸਾਡੇ ਨਾਲ ਬਹੁਤ ਕੁਛ ਹੁੰਦਾ ਪਿਆ, ਇਹ ਸਾਡੀ ਵਜ੍ਹਾ ਤੋਂ ਹੁੰਦਾ ਪਿਆ, ਇਹ ਸਾਡੀਆਂ ਚਪੇੜਾਂ ਸਾਡੇ ਮੂੰਹ ਤੇ ਵੱਜਦੀਆਂ ਪਈਆਂ। ਅਸੀਂ ਇਮਾਮ ਨੂੰ ਮੰਨਿਆ ਨਹੀਂ, ਅਸੀਂ ਮਾਸੂਮ ਨੂੰ ਮੰਨਿਆ ਨਹੀਂ, ਇੱਥੋਂ ਨਹੀਂ, ਇੱਥੋਂ ਮੰਨਦੇ ਹਾਂ।
ਸਾਡੀ ਅੱਜ ਰੱਟ ਲਾ ਕੇ ਘਰ ਜਾ ਕੇ ਆਖਣਾ 20,000 ਰੁਪਏ ਦੀ ਮੈਂ ਦਿਹਾੜੀ ਲਾ ਕੇ ਆਇਆ, ਲਾਨਤ ਉਸ ਦਿਹਾੜੀ ਤੇ। ਦਿਹਾੜੀਆਂ ਲੱਗਦੀਆਂ ਪਈਆਂ, ਘਰ ਜਾ ਕੇ ਸ਼ੁਕਰ ਅਦਾ ਕਰਿਆ ਕਰ। ਰੇੜੀ ਲਾਈਏ 2 ਰੁਪਏ ਦੀ ਰੇੜੀ, ਸ਼ਾਮ ਨੂੰ 70 ਰੁਪਏ ਅਸੀਂ ਕਮਾਈਏ, ਚੰਡੀਆਂ ਪੈ ਜਾਣ 10,000 ਰੁਪਇਆ ਲੈ ਕੇ ਨਿਆਜ਼ ਸੁੱਟਦੇ ਪਏ। ਮੇਰੇ ਰਸੂਲ ਤੇ ਖਲੋਤਾ ਕੋ ਬੰਦਾ ਹੱਕਦਾਰ ਹੈ, ਮੇਰੇ ਕੋਲ ਪੁੱਛ ਕੇ ਤਾਰੀਖ ਰੱਖੇ, ਮੈਂ ਮੁਕਤ ਪੜਨ ਵਾਸਤੇ ਤਿਆਰ। ਮੈਂ ਸਾਈਕਲ ਤੇ ਨਹੀਂ ਫਿਰਦਾ ਪਿਆ, 8 ਲੱਖ ਦੀ ਟੂਟੀ ਮੇਰੇ ਥੱਲੇ ਵੀ ਆਏ, ਹੈ ਖਲੋਂਦਾ ਨਹੀਂ ਪਿਆ ਸਾਡਾ। ਖਲੋਂਦੇ ਨਹੀਂ ਪਏ, ਰਾਜ਼ੀ ਹੋ ਨਾਰਾਜ਼ ਹੋ, ਬੋਲ ਨਾ ਬੋਲ, ਮੈਂ ਸਿਆਲਕੋਟ ਚ ਕਿਹੜਾ ਹੁਣ ਕੱਪ ਲਵਣਾ ਹੈ, ਤੇਰੇ ਬਾਲ ਹੀ ਮੈਨੂੰ ਜਾਣ ਗਏ। ਮੈਂ ਤੇ ਆਪਣੀ ਕਬਰ ਦੀ ਰਾਹ ਸਿੱਧੀ ਪਿਆ ਕਰਦਾ ਹੈ, ਮੈਂ ਤਾਂ ਮਾਸੂਮ ਗਿਰੇਬਾਨ ਚ ਹੱਥ ਪਾ ਕੇ ਆਵੇ, ਰਿਜ਼ਕ ਸਾਡਾ ਖਾਂਦਾ ਹੈ ਤੇ ਭੌਂਕਿਆ ਕਿਸੇ ਹੋਰ ਨੂੰ ਆਈ। ਛੱਡ ਦੇ ਘਰ ਦੀਆਂ ਲੜਾਈਆਂ, ਕੱਲ ਦੀ ਮਜਲਿਸ ਸ਼ੁਰੂ, 4 ਦਿਨ ਦਾ ਜਲਸਾ, ਕੱਲ ਦੀ ਮੈਂ ਆਗਿਆ 4 ਦਿਨ ਦਾ ਜਲਸਾ। ਹਰ ਬੰਦੇ ਦਾ ਹੱਕ ਬਣਦਾ ਇਸ ਤੇ ਬੋਲਣ ਦਾ, ਹਰ ਬੰਦੇ ਦਾ ਹੱਕ ਬਣਦਾ, ਲੇਕਿਨ ਹਰ ਬੰਦੇ ਕਿਉਂ ਬੋਲਣਾ, ਚੋਰੀਆਂ ਤਾਂ ਕਿਤੇ ਹੋਰ ਲੱਗੀਆਂ ਹੋਈਆਂ। ਮੇਰੀਆਂ ਗੱਲਾਂ ਬੈਠ ਕੇ ਸੋਚੀ ਸ਼ਾਮ ਨੂੰ, ਪਾਗਲ ਨਹੀਂ ਮੈਂ, ਜਾਹਿਲ ਨਹੀਂ, ਮੇਰੇ ਰਸੂਲ ਤੇ ਆਦਾ ਪਿਆ। ਸਾਡੀਆਂ ਕਹਾਣੀਆਂ ਕਿਤੇ ਹੋਰ ਬਣੀਆਂ ਖਲੋਤੀਆਂ, ਅਸੀਂ ਘਰ ਦੇ ਝਗੜੇ ਮਾਸੂਮ ਦੇ ਮਿੰਬਰ ਤੇ ਲਾਇਆ, ਤਨਾਜ਼ੇ ਸਾਡੇ ਆਪਣੇ ਨੇ, ਫਲਾਣੇ ਨਾ ਨਹੀਂ ਤੇ ਫਲਾਣਾ ਹੈ ਤੇ ਫਲਾਣਾ ਹੈ ਤੇ ਫਲਾਣਾ ਹੈ। ਤੂੰ ਆਪਣੀ ਨੀਤ, ਤੈਨੂੰ ਕਿਸੇ ਇਮਾਮੇ ਜ਼ਮਾਨਾ ਨਹੀਂ ਆਖਿਆ, ਉਸ ਨਾਲ ਨਾ ਕਰ ਤੇ ਉਸ ਨਾਲ ਕਰ। ਬਤੂਲ ਦੇ ਪੁੱਤਰ ਦਾ ਮਿਸ਼ਨ ਇੱਕ ਐਸਾ ਮਿਸ਼ਨ ਹੈ ਜਿੱਥੇ ਅਸਾਈ ਨੂੰ ਰੁਕਾਵਟ ਨਹੀਂ, ਜਿੱਥੇ ਗੈਰ ਮਜ਼ਹਬ ਨੂੰ ਰੁਕਾਵਟ ਨਹੀਂ, ਜਿਹੜਾ ਮਰਜ਼ੀ ਆਵੇ। ਕਿਉਂ? ਜ਼ਹਰਾ ਦਾ ਬਚੜਾ ਹਦਾ ਪਿਆ, ਇਹ ਮੈਂ ਜਾਗੀਰ ਵਿਛਾਈ ਬੈਠਾ, ਜੰਨਤ ਖਰੀਦਣੀ ਹੈ ਤੇ ਦਰਵਾਜ਼ਾ ਖੁੱਲ੍ਹਾ ਅਲੀ ਦਾ। ਹੁਸੈਨ ਜ਼ਿੰਦਾਬਾਦ, ਤੁਸੀਂ ਜ਼ਿੰਦਾਬਾਦ, ਤੁਹਾਡੇ ਬੱਚੇ ਜ਼ਿੰਦਾਬਾਦ, ਮੈਂ ਤੇ ਤੁਹਾਡੀਆਂ ਜੁੱਤੀਆਂ 'ਚ ਕਿਤੇ ਮੇਰਾ ਨਾਮ ਆ ਜਾਏ, ਬਹੁਤ ਹੈ, ਮੈਂ ਤੇ ਇਸ ਕਾਬਲ ਹੀ ਨਾ। ਬਤੂਲ ਦਾ ਬੱਚੜਾ ਜ਼ਿੰਦਾਬਾਦ, ਮੇਰਾ ਤੇ ਤੁਹਾਡੀਆਂ ਜੁੱਤੀਆਂ 'ਚ ਕਿਤੇ ਨਾਮ ਲਿਖਿਆ ਜਾਏ, ਮੇਰੇ ਵਾਸਤੇ ਬਹੁਤ ਜ਼ਿਆਦਾ। ਅਲੀ ਦਾ ਸ਼ੀਆ ਬਣ, ਨਾਰਾਜ਼ ਨਾ ਹੋਵੀਂ, ਅਲੀ ਦਾ ਸ਼ੀਆ ਨਹੀਂ ਬਣਦਾ ਬੰਦਾ, ਨਾ ਤੈਨੂੰ ਬੰਦਿਆਂ ਕਿਸੇ ਹੋਰ ਕੰਮ ਤੇ ਲਾ ਦਿੱਤਾ। ਯਾ ਅਲੀ ਆਖ ਤੇ ਤੂੰ ਪਾਰ ਹੀ, ਇਹਦੇ ਵਿੱਚ ਸ਼ੱਕ ਕੋਈ ਨਹੀਂ। ਮੈਂ ਕਿਸੇ ਫਿਰਕੇ ਤੇ ਕਿਸੇ ਕੌਮ ਤੇ ਕਿਸੇ ਦੇ ਨਾਲ ਲੱਗਣ ਵਾਲੇ ਬੰਦੇ ਤੇ ਲਾਨਤ ਕਰਦਾ, ਜਿਹੜਾ ਅਲੀ ਦੀ ਵਿਲਾ ਦਾ ਮੁਨਕਰ ਹੈ ਮੈਂ ਉਸ ਤੇ ਹੀ ਲਾਨਤ ਕਰਨਾ। ਮੇਰੇ ਤੇ ਗਲਤ ਕਿਸਮ ਦੀਆਂ ਗੱਲਾਂ ਨਾ ਕਰਿਆ ਕਰ, ਫਲਾਨਾ ਹੈ ਜੀ ਫਲਾਨਾ ਹੈ, ਮੈਂ ਫਲਾਨੇ ਫਲਾਨੇ ਤੇ ਲਾਨਤ ਕਰਦਾ, ਹਰ ਉਸ ਤੇ ਲਾਨਤ ਹੈ ਜਿਹੜਾ ਮੁਰਸ਼ਦ ਅਲੀ ਦਾ ਮੁਨਕਰ ਹੈ। ਰਿਜ਼ਕ ਅਲੀ ਦਾ ਖਾ ਕੇ ਗੀਤ ਕਿਸੇ ਹੋਰ ਦੇ ਗਾਵੀਏ, ਮਾਸੂਮ ਦੀ ਤਲਵਾਰ ਜਿਹੜੀ ਚੱਲਣੀ ਇਹ ਜਿਹਾਂ ਤੇ ਚੱਲਣੀ ਹੈ। ਐਸਿਆਂ ਤੇ ਇਮਾਮ ਦੀ ਤਲਵਾਰ ਚੱਲਣੀ ਆਈ। ਹਾਂ ਹਾਂ, ਰਾਜ਼ੀ ਹੋ ਜਾਓ ਨਾਰਾਜ਼ ਹੋ, ਬੰਦਾ ਫਕੀਰ ਜਿਹਾ, ਗੱਲਾਂ ਵੀ ਮੇਰੀਆਂ ਫਕੀਰਾਂ ਵਾਲੀਆਂ ਹੁੰਦੀਆਂ, ਜਿਹੜੇ 4 ਦਿਹਾੜੇ ਮੈਂ ਦਰਸ ਵਿੱਚ ਪੜ੍ਹੇ ਪੜ੍ਹੇ ਬੰਦੇ ਦੇ ਪੁੱਤਰਾਂ ਰੀਤੇ। ਕੋਸ਼ਿਸ਼ ਕਰ ਅਲੀ ਦਾ ਸ਼ੀਆ ਬਣ। ਅਲੀ ਦਾ ਸ਼ੀਆ ਉਸ ਵੇਲੇ ਤਾਈਂ ਬਣਨਾ ਹੈ ਜਿਸਲੇ ਕੰਮ ਅਲੀ ਵਾਲੇ ਵਾਲੇ ਕਰਨੇ। ਨਾਰਾਜ਼ ਨਾ ਹੋਵੀਂ, ਬੰਦਾ ਪੀਵੇ ਸ਼ਰਾਬ ਆਖੇ ਮੈਂ ਅਲੀ ਦਾ ਸ਼ੀਆ, ਲਾਂਤੀ ਹੈ ਅਲੀ ਦਾ ਸ਼ੀਆ ਨਹੀਂ। ਅਲੀ ਨੂੰ ਬਦਨਾਮ ਕਰਨ ਵਾਲਾ ਜ਼ਰੂਰ ਹੋ ਸਕਦਾ, ਬੰਦਾ ਖੇਡੇ ਤਾਂ ਸ਼ਾਮੀ ਆਖੇ ਮੈਂ ਅਲੀ ਦਾ ਸ਼ੀਆ, ਅਲੀ ਦਾ ਸ਼ੀਆ ਨਹੀਂ, ਅਲੀ ਨੂੰ ਬਦਨਾਮ ਕਰਨ ਵਾਲਾ ਹੈ। ਕਿ ਮੈਂਬਰ ਇਹਨਾਂ ਗੱਲਾਂ ਦਾ ਨਹੀਂ? ਹਾਂ, ਮੈਂਬਰ ਕਿਹੜੀਆਂ ਬਾਤਾਂ ਦਾ? ਜੁਗਨੀ ਸੁਣਾ ਕੇ ਤੁਹਾਨੂੰ ਟੁਰ ਜਾਈਏ,
اللہ تیری زندگی کرے جوانیاں نصیب ہوئے تیرے سیرے تیرے وڈیاں بہنوں نصیب ہوئے اوکھے جے دور چ حق دی بات کیا کرے میں بڑا دین تے خرچ ہویا بدکار بندے دا علی امام نہیں علی امام متقیاں دا ہے علی امام پرہیزگاراں دا ہے کسے کتاب وچ میں دکھا تو میرا قتل میں لکھ دینا تینوں کسے کتاب وچ لکھیا ہوے علی الو دے پٹیاں دا امام ہے بد کردار دا علی امام نہیں اے دور بڑا اوکھا آ گیا یا اپنے آپ نو بدل اپنا مقام سمجھ نہیں تو تیرا آمن فضول ہے ناراض نہ ہوویں اپنے آپ نو سمجھ کے آ جتنی دیر اتھے بیٹھ تے ایویں بیٹھ وفا دے قرآن دے پہرے چ بیٹھا ہے معصوم تیرے کول بیٹھے اے تہاڈا مقام میں کیا بیان کراں تہاڈا اے جڑے علی دے شیعہ آئے بیٹھے ہو سید ساجدین یا امام تو اڈا شکر یاد آ کر ناراض نہ ہونا بھائیوں پھر سانو بھی شکل دی لے کے امام دے سامنے پہنچنا چاہیے کہ امام آخن اے ساڈا آندا مینو حصہ مل گیا نمازیاں نعرہ مار چھوڑیا نہیں چرا کی لو سبحان اللہ بہت مقام ہے علی دا شیعہ دا جے علی دا شیعہ بن جائے اے نوجوان نسل ہے نوجوان بچیاں نوجوان میں گل پہ کرے نا بزرگ تے سارے جان دے بد کردار بندے دا علی امام نہیں محلے سے جتھے آیا بیٹھا بڑا مقام ہے تجھے وضو کر کے آپ ہیں پھر تیرا مقام ہی اور ہو جائے یا حسین آکھنا کسے نو کی پتا کیا مقام ہے ساڈی کسے دے پیو دے نال کوئی دشمن زمین دی نہیں جائیداد دا رولا نہیں کوئی رشتیاں دا رولا نہیں ساڈا رولا تے بازار چ کھڑ کے آ دیا ہائے حسین نام حسین تے نام علی دی دشمنی آئی میں ہاتھ جوڑی کھلوتا تیرے اگے اپنے تو ادنا سمجھ اپنی جتیاں چاہن والا سمجھ یہ نام حسین جڑا ہائے حسین آخنا ہے اس نو ہائے حسین تو سمجھ کے آکھ لیا کر پھر تیری زبان دے وچوں ذرا وضو کر کے اپنے آپ نو پاک کر کے ہیں پھر کھلو کے کلا ہی آکھ ہائے حسین دیکھ بتول دا پتر قبول کیویں نہیں کرتا بسم اللہ صلی اللہ علیہ وسلم تے ممبر کنا دا ہے اے پاکاں دا ممبر ذکر پاکاں دا ہی ہونا چاہیے بڑا اوکھا جا وقت آندا پیا میرے دل دی آواز ہے سارے علی دے شیعہ ہو تے علی دے شیعہ بن جاؤ اپنے جھگڑے ممبر والیاں نوں چاہیے چھوڑ دے میں تے تسی بھی یاد رکھو اے نہ آکھیا کر فلانے دی تے نہیں جانا اوئے جنت ای تیری جنت تیرے کولو کھولی ساڈے قتل ہو جانے نا سا ختم ہو جانا ہے اسی مٹ جانا اس نام دے بغیر میری آواز جتھوں تک جاری کوئی انچارج بیٹھے حکومت دا بندہ پہنچاوے مجلسہ نہیں تے ساڈا ککھ نہیں ساڈیاں دھیاں دے پردے رول جان ساڈے پتر مر جان اسی آپ قتل ہو جائیے بطول دے پتر دی آزاداری جڑا بند ساڈے تے ہووے سان موت آ جائے سان چل کسے بندے مولی صاحب کل دکھا واحد بندہ ہے پٹ دا کھلوتا ہے کوئی نہیں سندا پیا اللہ دے باپ نو جنت الفردوس وچ اعلی مقام دے دے کل تواڈے سامنے تواڈے کول کی کچھ ہو گیا کی کچھ ہویا دنیا دے وچ تے ہے نا دوسری بات جو جاویں تے ساڈے نال کچھ بھی نہیں ہویا
ਅਸੀਂ ਪਤਾ ਨਹੀਂ ਕਿਤਨੇ ਕੁ ਗੁਨਾਹਗਾਰ ਹਾਂ ਜਿਨ੍ਹਾਂ ਦੇ ਲੜ ਲੱਗ ਕੇ ਟੁਰ ਗਏ, ਮੈਨੂੰ ਕੁਰਾਨ ਦੇ ਤੀਆਂ ਪਾਰਾਂ ਦੀ ਕਸਮ, ਉਹਨਾਂ ਕਬਰ ਵਿੱਚ ਵੀ ਹਿਸਾਬ ਨਹੀਂ ਮੰਗਣਾ, ਆਖਣਾ ਛੋੜ ਦੇ ਤੈਨੂੰ ਪਤਾ ਨਹੀਂ ਕਿਵੇਂ ਯਾਦ ਆ ਪਿਆ। ਕਹਾਣੀ ਸਾਰੀ ਇਹਨਾਂ ਦੀ ਆਈ, ਬਾਤ ਸਾਰੀ ਇਹਨਾਂ ਦੀ ਆਈ। ਖਾਲਕ ਨੂੰ ਖਾਲਕ ਕੋਈ ਨਾ ਮੰਨਿਆ ਅਗਰ ਇਹ ਹਸਤੀਆਂ ਨਾ ਹੋਵੇ ਨਾ। ਬੋਲੋ ਯਾਰ ਜਿਹਨਾਂ ਨੇ ਮੇਰੀ ਗੱਲ ਦੀ ਸਮਝ ਆਉਂਦੀ ਪਈ, ਮੈਂ ਜੰਗਲੇ 'ਤੇ ਪਿੱਟਦਾ ਖਲੋਤਾ। ਅੱਲਾ ਤੇਰੀ ਜ਼ਿੰਦਗੀ ਕਰੇ, ਤੇਰੀ ਖਿਜ਼ਰ ਦੀ ਉਮਰਾਂ ਹੋਣੇ। ਸਵਾ ਲੱਖ ਨਬੀ ਨੂੰ ਗੁਜ਼ਾਰ ਕੇ ਸਵਾ ਲੱਖ ਨਬੀ ਪਨਾਹ ਮੰਗਿਆ, ਨਹੀਂ ਤਾਂ ਕੱਲ੍ਹ ਕਿਸੇ ਨਬੀ ਨੇ ਵੀ ਉੱਠ ਕੇ ਆਖਣਾ, ਕਿਸੇ ਮੁਤਕੀ ਨੇ ਆਖਣਾ, ਜਿਹੜਾ ਕੰਮ ਇਹ ਬਤੂਲ ਦੇ ਪੁੱਤਰ ਕੀਤਾ ਹੈ ਤਾਂ ਅਸਾਂ ਵੀ ਕਰ ਸਕਦੇ ਹਾਂ। ਸਵਾ ਲੱਖ ਕਾਇਨਾਤ ਨੂੰ ਗੁਜ਼ਾਰ ਕੇ ਖਾਲਕ ਨੇ ਆਖਿਆ ਗੁਜ਼ਰੋ, ਜਿਹੜਾ ਗੁਜ਼ਰ ਗਏ ਹਰ ਕਿਸੇ ਆਖਿਆ ਬਸ। ਮੈਨੂੰ ਕੁਰਾਨ ਦੇ ਤੀਆਂ ਪਾਰਾਂ ਦੀ ਕਸਮ, ਅਲਵੀ ਨੂੰ ਸੁਬਹ ਤੋਂ ਸ਼ਾਮ ਤੱਕ ਇਸ ਜੁਮਲੇ ਦੀ ਦਾਤ ਦੇਵੇ ਤਾਂ ਮੈਨੂੰ ਮੁੱਲ ਕੋਈ ਨਹੀਂ ਮਿਲਣਾ। ਜਿੱਥੇ ਅੰਬੀਆ ਆਖਦੇ ਰਹਿਣ ਬਸ, ਉੱਥੇ ਜ਼ਹਰਾ ਦੇ ਪੁੱਤਰ ਆਖਿਆ ਕੋਈ ਹੋਰ ਆਈ ਤਾਂ ਭੇਜ ਮੈਂ। ਕਿੱਥੇ ਬੈਠਾ ਮੈਨੂੰ ਸੁਣ ਦੇ, ਅੱਲਾ ਤੇਰੀ ਜ਼ਿੰਦਗੀ ਕਰੇ, ਅੱਲਾ ਤੇਰੇ ਬੱਚਿਆਂ ਦੀ ਜ਼ਿੰਦਗੀ ਕਰੇ। ਚਾਹ ਤੂੰ ਮਿਸ਼ਨ ਕਿਆ ਸਮਝੀ ਬੈਠਾ ਹੈ, ਰੱਦ ਲੱਗੀ ਆਈ ਜ਼ਹਰਾ ਦੇ ਬੱਚੜੇ ਦੀ, ਮੁਹੰਮਦ ਦੀਆਂ ਧੀਆਂ ਦੇ ਬੁਰਕੇ ਬਾਜ਼ਾਰ ਚ ਲੱਥੇ ਨੇ ਇਸ ਮਿਸ਼ਨ ਤੇ। ਅੱਲਾ ਤੇਰੀ ਜ਼ਿੰਦਗੀ ਜੀ, ਬਿਸਮਿਲ੍ਲਾ ਕਰਾਂ ਜਵਾਨੀਆਂ ਮਾੜੇ ਤੂੰ। ਨਮਾਜ਼ੀ ਬੈਠੇ ਹੋ, ਨਮਾਜ਼ ਵੀ ਨਾ ਛੋੜਨਾ ਜੇ ਅਲੀ ਦੇ ਸ਼ੀਆ ਹੋ ਤਾਂ। ਜ਼ਿੰਦਗੀ ਨਮਾਜ਼ ਨਾ ਛੋੜੀ ਜੇ ਅਲੀ ਦਾ ਸ਼ੀਆ ਹੈ। ਮੈਂ ਤੈਨੂੰ ਫਿਰ ਆਦਾ ਪਿਆ, ਜ਼ਿੰਦਗੀ ਨਮਾਜ਼ ਨਾ ਛੋੜੀ ਜੇ ਅਲੀ ਦਾ ਸ਼ੀਆ ਹੈ। ਅਲੀ ਦੇ ਪੁੱਤਰ ਦਾ ਸਜਦਾ ਦੇਖ ਕੇ ਅੰਬੀਆਵਾਂ ਆਖਿਆ ਇਹ ਸਜਦਾ ਹੈ, ਅਯੂਬ ਜੈਸੇ ਸਾਬਰਾਂ ਆਖਿਆ ਇਹ ਸਜਦਾ ਹੈ। ਜ਼ਿੰਦਗੀ ਗੁਜ਼ਰ ਗਈ ਸਾਨੂੰ ਇਬਾਦਤ ਕਰਦਿਆਂ, ਲੇਕਿਨ ਐਸਾ ਸਜਦਾ ਹੋ ਹੀ ਨਹੀਂ ਸਕਿਆ, ਦੇ ਹੀ ਕੋਈ ਨਹੀਂ ਸਕਿਆ। ਯਾਦ ਕਰੀ ਅਲਵੀ ਦੀ ਬਾਤ, ਜਿਹੜਾ 18,000 ਆਲਮ ਦੀ ਮਖਲੂਕ ਨੇ ਨਵਾ ਦੇ ਜੰਗਲੇ ਤੜਪ ਕੇ ਆਖਿਆ ਸਜਦਾ ਏ, ਤਾਂ ਭੇਣ ਨੇ ਡਿੱਠਾ ਫਿਰਾ ਤਾਂ ਸਜਦਾ। ਫਿਰ ਭੇਣ ਕੋਈ ਏਡੀ ਨਮਾਜ਼ੀ ਆਈ, ਫਿਰਾ ਦੇ ਸਜਦੇ ਦੇ ਬਾਅਦ ਅਲੀ ਦੀ ਧੀ ਨਮਾਜ਼ ਸ਼ੁਰੂ ਕੀਤੀ। ਮੈਨੂੰ ਕੁਰਾਨ ਦੇ ਤੀਆਂ ਪਾਰਾਂ ਦੀ ਕਸਮ, ਤਕਬੀਰਾਤੁਲ ਇਹਰਾਮ ਵਾਸਤੇ ਮੌਲੀ ਸਾਹਿਬ ਅਲੀ ਦੀ ਧੀ ਹੱਥ ਉਠਾਏ, ਬੀਬੀ ਦੇ ਹੱਥ ਸ਼ਾਮ ਤੱਕ ਕਿਸੇ ਤੱਲੇ ਆਵਣ ਹੀ ਨਹੀਂ ਦਿੱਤੇ। ਬਾਜ਼ਾਰਾਂ ਚ ਬੰਦੇ ਹੱਥਾਂ ਨਾਲ ਨਮਾਜ਼ ਪੜ੍ਹਦੀ ਗਈ ਆਈ, ਦਰਬਾਰਾਂ ਚ ਮਾਤਬ ਕਰਕੇ ਨਮਾਜ਼ ਪੜ੍ਹਦੀ ਗਈ ਆਈ। ਕਿੱਥੇ ਬੈਠਾ ਮੈਂ ਕੋਈ ਜਾ ਕੇ ਸੁਣੀ ਅੱਜ ਦੀ ਮੈਂ ਦੱਸੇ ਥੱਲਾ ਤੇਰੀ ਜ਼ਿੰਦਗੀ ਕਰੇ ਚਾ। ਯਾ ਜ਼ਹਰਾ ਜੀ ਸਰਦਾ ਅਜਰ ਕਮਨ ਲਾ, ਵਾਹ ਤੇਰੇ ਬੱਚਿਆਂ ਦੀ ਜ਼ਿੰਦਗੀ ਹੋਣੀ। ਤੂੰ ਵਸਦਾ ਬੜੀ ਨਮਾਜ਼ੀ ਆਈ ਅਲੀ ਦੀ ਧੀ, ਅੱਲਾ ਤੇਰੀਆਂ ਰੋਂਦੀ ਅੱਖੀ ਛੋੜ ਕੇ ਮੈਨੂੰ ਜ਼ਾਕਰੀ ਕਈ ਪਾਸੇ ਹੁਣ ਵੰਜਣ ਨਹੀਂ ਦੇਂਦੀ। ਬੜੇ ਪੁਰਾਣੇ ਜੇ ਆਜ਼ਾਦਾਂ ਰਾਏ ਬੈਠੇ ਹੋ, ਇੱਕ ਜੁਮਲੇ ਦਾ ਹੁਕਮ ਅਜ਼ੀਜ਼ ਨੇ ਦਿੱਤਾ ਹੈ, 2 ਮਿੰਟ ਉਸ ਵਾਕਿਆ ਦੀ ਤਮਹੀਦ ਹੈ। ਇਬਾਦਤ ਸੋਹਣੀ ਕਰ ਬੈਠਾ ਹੈ, ਮੁਹੰਮਦ ਦੀਆਂ ਧੀਆਂ ਤੈਨੂੰ ਰੰਗ ਲਾ ਲੈਣ ਸਾ। ਬੜੀ ਨਮਾਜ਼ੀ ਆਈ ਅਲੀ ਦੀ ਧੀ, ਅੱਜ ਦੀ ਮੈਂ ਮਜਲਸ ਨਹੀਂ, ਮੈਂ ਦਿਲ ਦੀ ਆਵਾਜ਼ ਤੈਨੂੰ ਦੱਸਦਾ ਪਿਆ। ਬੜਾ ਔਖਾ ਦੀਨ ਬਚਿਆ ਈ, ਸਲਮਾਨ ਕੂਫੀ ਕਿਬਲਾ ਇੱਕ ਮੋਮੇਨਾ, 2 ਮਿੰਟ ਦੀ ਤਮਹੀਦ, ਉਸਦੇ ਬਾਅਦ 2 ਵੇਨ ਮੈਨੂੰ ਹਿੱਸਾ ਮਿਲ ਗਿਆ। ਜਿਹੜਾ ਅਮਲ ਕਰਸੀ ਇਹਨਾਂ ਬਾਤਾਂ 'ਤੇ ਚੰਗਾ ਰਾਹ ਸੀ, ਉਸਦੀ ਕਬਰ ਦੀ ਰਾਤ ਬੜੀ ਚੰਗੀ ਹੋ ਜਾ ਸੀ। ਕੋਸ਼ਿਸ਼ ਕਰੀ ਟੁਰੇ ਤੇ ਅਲੀ ਦਾ ਸ਼ੀਆ ਬਣ ਕੇ ਟੁਰੀ। ਇਹ ਮੁੱਦਤ ਮੁਰਸ਼ਦ ਅਲੀ ਦੇ ਰੱਲੇ ਰਿਹਾ, ਤਾਜਰ ਹਾ ਕੂਫੇ ਦੇ ਵਸਣ ਵਾਲਾ। ਪ੍ਰੋਗਰਾਮ ਕੁਛ ਹੋਰ ਆਈ, ਲੇਕਿਨ ਉਹ ਅਜ਼ੀਜ਼ ਬੈਠੇ, ਉਸਨੇ ਬਾਹਰ ਹੁਕਮ ਦਿੱਤਾ ਤਾਂ ਮੈਂ ਹੁਣ ਬਦਲਣ ਕਿਸੇ ਹੋਰ ਪਾਸੇ ਟੁਰਨ ਲੱਗਾ। ਉਸ ਉੱਥੋਂ ਹੱਥ ਜੋੜੇ ਜੋ ਸੁਣਾ
امام زمانہ میری نیت جان دین میں زندگی چ کدے کسی مومن دا دل نہیں دکھایا ممبر رسول تے کھلوتا ایک بندہ باں کھڑی کر کے آ کے مینوں 2 سال ہو گئے سیالکوٹ چ پڑھدیا میں ایک بندے نال نیاز دا جھگڑا پایا ہو انصاف میرے نال کرو نہ کرو امام زمانہ تے ویکھدے کھلوتے روٹی میں بھی کھا کے شام نو سونا سارے ایک ہو جاؤ محمد دی دی عزت دا واسطہ نے سارے ایک ہو جاؤ مظلوم دی آزاداری چ سارے ایک ہو جاؤ ساڈا کچھ نہیں جے بچنا مظلوم دی آزاداری چ ہو جاؤ بیٹھ جا اللہ تیری زندگی کرے بیٹھ جا اے بابا جی کوفے دے بسن والا تاجرا جڑا مرشد علی دی کوفے چ شاہی آئی نا میں ساری تمہید چھوڑا ہاں اس ویلے جڑا اعلان ہویا نا بازار بند کرو علی دیاں دھیاں اج پیو دی شاہی ویکھن کوفے پیاں آندیاں واہ 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 اللہ تواڈی زندگی کرے جی بسم اللہ کرا تواڈے بچیاں دی زندگی ہو جائے واہ جتھے جا مل جائے بیٹھ جاؤ جڑا اعلان ہوئے نا اے سلمان کوفی بھی بازار چ اعلان لوگوں بھج بھج کے آدھا لوگو بازار بند کر دیو دکان بند کر دیو اج پیو دی شاہی ویکھن او سین پی آندی اے جڑی گھر تو کڈائی باہر نہیں آ ادب دے ملک دا ایک لفظ ادب دے ملک دا ایک لفظ آکھن لگا اس مضمون دا نہیں ذہن چ آ گیا جڑا تیاری کیتی آئی نا تیرے مولا تے زین علی دی دھی براں دے نیڑے آن کے آدھی بابے سدیا ہے کیڑی شے تے ونجنا ہے گل سمجھ آ گئی مینوں اگوں پڑھن دی لوڑ نہ ہو سی شبیر آکھیا بھین محملہ چ محملہ چ اس ویلے براں دے گل چ باہا پا کے آدھی ویر مین دسے نا محمل کے جے ہوندے ہائے ہائے بسم اللہ زردار اجر کو من اللہ سر جھکا گناہ دی معافی مانگ جے آ کدی بستی پیتا محمل کے جے ہوندے بی بی کوفے آ گئی اس سلمان کوفی دی بیوی سین دی کنیز بنی قبلہ اس قرآن میری سین تو پڑھیا وقت گزر آیا مرشد دی شہادت ہو گئی تیرا رومن تے دل ہے میں ایک وین سنا میں لگا تفصیل نے مضمون پھر کسے ویلے عرض کرے سا مقصد تے آ گیا بابے دی چیلم دے بعد علی دی دھی براہمن واقعہ حسن حسین جی بھین آؤ وطن تے چلیے ہن کوفے دی ہوا سانو راس نہ آسی واہ واہ جڑی اج نیک آرزو ہے دل چ رکھی بڑی منظور مجلس بڑی پاک مجلس ہے نمازی سارے بیٹھے ہو بی بی تیاری کیتی تے ٹر پئی اے سلمان کوفی دی بی بی 7 میل بی بی دے محمل دے نال شہر دے باہر آئی علی دی 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 پئی بی بی دیکھ کے فرمایا بھر جائی مکانی آندے را سندید میں ادھر کریا ہے برجائی میرے قریبا ویرن میرا محمل روک محمل روک گئے او نرم دل شیاں بی بی قریب پہنچی فرمایا برجائی پردے دار ہو کے میں تے اپنے وطن تے ٹوری وین دیاں شہر دے 7-8 میل دور میرے محمل نہ لائیو تے تساں کلیاں واپس ونجنے ہیں کوئی کم میں ہاتھ جوڑ کے آدھی سین میں اس واسطے آئی ہاں میں چاہ دیاں جنگل آ جائے
तेरी बात सुनन वाला कोई ना होवे। वाह 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 वाह, जड़े अदब सुन के रवण दे आदियो। हर बंदे मेरी बात नहीं समझनी, इंसान परस्त लोग नालाई दी मजलस मेरी बात है। वेखन वाला कोई ना होवे, तेरी आवाज सुनन वाला कोई ना होवे। मैं जंगल च तेरे नाल एक गल करनी आई, बीबी उस वेले फरमाया भर जाई बोल अजा मेरा अब्बास मेरे नाल है। वाह वाह, आदी बीबी मैं गल ए पूछण आई हां, कदाई वत कूफे आसो? चंद बंदिया मेरी गल समझी, चंद बंदिया कोई नहीं समझ। कदाई वाती कूफ हुई? बीबी आदि हां, तबलीग सलाम दे वास्ते, दीन दी तबलीग दे वास्ते मैं एक दफा वत कूफे आवण है। ऐ जुमला समझी जे मातम करना, हाथ जोड़ के आदि बीबी फिर दुआ मंगो, तुआडे आवण तक अल्लाह मैनू एक धी देवे। बीबी आदि पुत्र मंगे अल्लाह दी जात साडे आखण ते पुत्र ही दे सकदा। आदि मैनू पुत्र दी लोड़ नहीं, पुत्र दी लोड़ होंदी तुहाडा गुलाम सलमान मौला अली तो मंग लव्या, इमाम हसन मुजतबा तो मंग लव्या, नवाब करबला तो मंग लव्या। मैनू धी दी लोड़ है, मातम करना ही ते सर चावी। मैं त्रै दफा हो जा चुमी है जिथे भेण धरोइया डेंदी रही। मैं अकबर दे बाबे दी कबर ते पिने होया, जुमला आखन लगा पुत्र दी लोड़ नहीं धी दी लोड़ है। बीबी आदि धी दी क्यों धी मंगी आई? आदि सैन तुसा आख्या है मैं वत कूफे आसा, अगर मैं मर गई हुई तुहाडे आवण ते मैं धी नूं वसीयत करके तुरसा, पुत्र याद रखी जड़ा कूफे च ऐलान होवे बाजार बंद करो। मैं पढ़ गया जो कुछ पढ़ना, हा मैं पढ़ लिया जो कुछ पढ़ना, अज किसे नूं समझ नहीं आई ता। या जहरा या जहरा या जहरा, हाथ ना जोड़ अल्लाह तेरी जिंदगी करे चा। मैं दीन वसीयत कर टुरसा, बेशा जड़ा कूफे च ऐलान होवे बाजार बंद करो, दुकाना बंद करो, जुमला नमाजियां हुई होए। उस वेले अली दी धी तड़प के आदि भरजाई आवना ते हे, लेकिन ऐलान इंज नहीं होवणे। उस वेले कोई ऐलान दा रंग होर सी, बलोने जेड़े मजलूम दे गम च रोंदे पए दुनिया दे गम च न रोवे। तैनू बतूल दा पुत्र किसे होर गम च न रवावे। जख्मा दी मल्लम बनदी आई अकबर दे बाबे दे, जख्मा दी मल्लम बनदी आई जेड़े मजलूम नु रोंदे। मैं आप रवायत पढ़ी, दर्शां दे पढ़े लिखे मेरे पिछू बैठे ने पुछ लव्या, मैं आप रवायत पढ़िए। रब्बे मोहम्मद दी कसम, जड़ा मोमन कबर च वेंदा है ते मोमन दी कबर सरांदी आले पासों एक रोमन दा आवाज आंदे। मोमन पुछदा है कौन बजुर्गवार हो? हौले हौले आवाज आंदी सुजान, मैं अकबर दा बाबा आया खला। दुनिया च मेरे गम च रुन्ना घबरावी ना, मैं तेनु कबर च हुसैन रोवन ना डे सा। तुहाडा भला उहने जिहड़े कूका मार के मजलूम नूं रोंदे पए। ज़रिया नजात बनदा है मजलूम दे गम च वैण करके रोवणा। अल्लाहु अकबर। बीबी दुआ कीती, अल्लाह दी जात ने इसनू 56 हिजरी च धी दित्ती। गल खत्म करावा, 3.5 साल दे करीब धी पहुंची बागे बतूल च, लोटी पै गई। वाह 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 वाह, बतूल दा पुत्र किसे होर गमे च ना, जेड़ी आख नहीं वस्ती पई ओ सर झुका के गुनाह दी माफी मांग के आके सैंड दा हरा, केड़ी गलती हो गई तेरे बचड़े दे गमे च साडी आख नहीं वस्ती पई। ए तेरी आख आप इबादत करना शुरू कर दे सी। बागे बतूल च बाबा जी लोटी पै गई। ए सलमान कूफी उस वेले तजारत दे सिलसिले च 4-5 महीने तू बाहरा घर तू,
ਬਿਰਾ ਮਰਾਂ ਕੇ ਅਲੀ ਦੀ ਧੀ ਨੂੰ ਹੁਕਮ ਮਿਲਿਆ ਏ ਜਿੱਥੇ ਪਿਓ ਦੀ ਸ਼ਾਹੀ ਆਈ ਉਸ ਸ਼ਹਿਰ 'ਚ ਤਬਲੀਗ ਕਰ। ਮੈਂ ਪਰਦੇ ਨਾਲ ਗੁਜ਼ਰ ਗਿਆ, ਜਿਸ ਬੰਦੇ ਨਹੀਂ ਸਮਝਿਆ ਨਸੀਬ ਆਪਣਾ, ਸ਼ਾਦਾਤ ਦੇ ਕੋਈ ਤਬਲੀਗ ਦੇ ਰੰਗ ਇਵੇਂ ਹੈ, ਤਬਲੀਗ ਦੇ ਰੰਗ ਕੋਈ ਵੱਖਰੇ ਆਏ। ਕਿਸੇ 14 ਸਾਲ ਰਕੂ ਵਿੱਚ ਤਬਲੀਗ ਕੀਤੀ, ਕਈਆਂ ਦੀਵਾਰਾਂ 'ਚ ਚੁਣੀ ਕੇ ਤਬਲੀਗ ਕੀਤੀ, ਕਈਆਂ ਨੇਜ਼ੇ ਦੀ ਨੋਕ 'ਤੇ ਤਬਲੀਗ ਕੀਤੀ। ਜਿਨ੍ਹਾਂ ਦਾ ਸੂਰਜ ਹਯਾ ਕਰਦਾ ਉਹਨਾਂ ਬੀਬੀਆਂ ਸਰੂ ਨੰਗੀਆਂ ਬਾਜ਼ਾਰਾਂ 'ਚ ਤਬਲੀਗ ਕੀਤੀ। ਬੜਾ ਖਰਚ ਹੋਇਆ ਈ ਦੀਨ 'ਤੇ, ਬੜਾ ਖਰਚ ਹੋਇਆ ਈ ਦੀਨ 'ਤੇ। ਅੱਜ ਮੇਰੀ ਮਜਲਿਸ ਯਾਦ ਰੱਖੀ, ਅਲੀ ਦਾ ਸ਼ੀਆ ਸਦਵੇਂਦਾ ਏ, ਆਪਣੀਆਂ ਜੁੱਤੀਆਂ ਚਾਵਣ ਵਾਲਾ ਸਮਝੀ, ਸਾਰੀ ਜ਼ਿੰਦਗੀ ਸ਼ਰਾਬ ਨਾ ਪੀਵੀ, ਸ਼ਰਾਬੀ ਬੰਦੇ ਨਾਲ ਦੋਸਤਾਨਾ ਨਾ ਪਾਵੀ, ਸ਼ਰਾਬੀ ਬੰਦੇ ਨਾਲ ਮਸਾਫਾ ਨਾ ਲਵੀ, ਭਾਵੇਂ ਤੇਰਾ ਕਿਹੜਾ ਸੱਜਣ ਹੋਵੇ। ਉਹੀ ਉਹ ਸ਼ਰਾਬ ਬੇਦੀਨ ਪੀਂਦਾ ਪਿਆ ਮੁਹੰਮਦ ਦੀ 72 ਘੰਟੇ ਖਲੋਤੀ ਰਹੀ। ਕਿਆ ਸਮਝੀ ਬੈਠੇ, ਸ਼ਰਾਬ ਬੜਾ ਨੁਕਸਾਨ ਕੀਤਾ ਈ। ਕੂਫੇ ਦੀ ਤਬਲੀਗ ਤੋਂ ਅਲੀ ਦੀ ਧੀ, ਕੂਫੇ ਤਬਲੀਗ ਕੀਤੀ, ਸਲਮਾਨ ਕੂਫੀ ਤਜਾਰਤ ਸਿਲਸਿਲੇ ਚਾ ਅੱਜ ਆਓ ਰਲ ਕੇ ਰੋਈਏ। ਸ਼ਰੀਫਾਂ ਕੂਫੇ ਦੀ ਤਬਲੀਗ ਤੋਂ ਫਾਰਿਗ ਥਈ, ਫਿਰ ਸ਼ਾਮ ਦੀ ਤਬਲੀਗ 'ਤੇ ਰਵਾਨਾ। ਜਦੋਂ ਬੀਬੀ ਟੁਰੀਏ ਤੇ ਅਗਲੇ ਦਿਨ ਸੁਬੋ ਦੇ ਵੇਲੇ ਸਲਮਾਨ ਕੂਫੀ ਕੂਫੇ ਪਹੁੰਚਿਆ। ਕਾਫੀ ਮਹੀਨਿਆਂ ਦੇ ਬਾਅਦ ਤਜਾਰਤ ਤੋਂ ਜਵਾਨਾਂ ਆਣ ਕੇ ਡਿੱਠਾ ਬਾਜ਼ਾਰ ਦੇ ਵਿੱਚ ਲੋਕਾਂ ਦੇ ਬੜਕੀਲੇ ਲਿਬਾਸ, ਖੁਸ਼ੀ ਦੇ ਸਾਮਾਨ, ਖੁਸ਼ੀ ਦੇ ਸਾਮਾਨ। ਉਹ ਖੁਸ਼ੀਆਂ ਹੋਣਦੀਆਂ ਰਾਣੀਆਂ, ਯਾਦ ਰੱਖੋ ਕਰਬਲਾ 'ਚ ਇੱਕ ਸੈਯਦ ਸਾਜਦੀਨ ਬਚਿਆ, ਮਾਰਨ ਵਾਲੇ ਬੜੇ ਹਨ, ਮੁਹੰਮਦ ਦੀ ਧੀ ਦੇ ਬੁਰਕੇ ਲੁੱਟਣ ਵਾਲੇ ਬਹੁਤ ਜ਼ਿਆਦਾ ਹੈ। ਮੇਰੀ ਆਵਾਜ਼ ਹਕੂਮਤ ਤੱਕ ਪਹੁੰਚਾ ਦੇਈ, ਸਾਡੀਆਂ ਧੀਆਂ ਦੇ ਬੁਰਕੇ ਲੱਥ ਜਾਣ, ਅਜ਼ਾਦਾਰੀ ਬੰਦ ਨਹੀਂ ਹੋ ਸਕਦੀ। ਸਾਡੇ ਪੁੱਤਰਾਂ ਨੂੰ ਸਰੇਆਮ ਬਾਜ਼ਾਰ 'ਚ ਕਤਲ ਕਰ, ਸਾਡੇ ਸਰਾਂ 'ਤੇ ਗੁੰਜਾ ਚਲਾ ਮਾਰ, ਮਜ਼ਲੂਮ ਦੀ ਆਜ਼ਾਦਾਰੀ ਨਹੀਂ ਤੇ ਅਸੀਂ ਕੁਛ ਨਹੀਂ। ਬੈਠ ਜਾ, ਅੱਲਾ ਤੇਰੀ ਜ਼ਿੰਦਗੀ ਕਰੇ, ਸਾਡਾ ਨੁਕਸਾਨ ਬੜਾ ਹੋਇਆ ਹੈ। ਮਸਾਏ ਵਿੱਚ ਫਕੀਰ ਬਣ ਕੇ ਜਲਦੀ ਬੈਠ ਜਾਇਆ ਕਰੋ, ਜਿੱਥੇ ਵਕਤ ਜਿੱਥੇ ਜਾ ਮਿਲੇ ਮਸਾਏ ਵਿੱਚ ਨਵਾਬ ਨਾ ਬਣਿਆ ਕਰੋ। ਮੈਨੂੰ ਕੁਰਾਨ ਦੇ ਤੀਆਂ ਪਾਰਾਂ ਦੀ ਕਸਮ, ਸੈਯਦ ਸਾਜਦੀਨ ਉੱਥ ਬਾਂਧਾ ਹੈ ਜਿੱਥੇ ਕੋਈ ਨਹੀਂ ਬਾਂਧਾ। ਓਏ ਕਿਆ ਮੁਕਾਮ ਮਜਲਸ ਦਾ ਸਮਝੇ, ਸੈਯਦ ਸਾਜਦੀਨ ਹਰ ਮੋਮਨ ਦੇ ਵਾਰੀ ਉੱਠਦੇ ਨੇ, ਹਰ ਮੋਮਿਨ ਦੇ ਵਾਰੀ ਉੱਠਦੇ ਨੇ, ਹਰ ਮੋਮਿਨ ਦੇ ਵਾਰੀ ਉੱਠਦੇ ਨੇ। ਖੁਦਾ ਗਵਾ, ਇੱਕ ਮੋਮਨ ਜ਼ੋਹਰੀ ਮਜਲਸ ਕਰਵਾਈ, ਇਮਾਮ ਉੱਠੀ ਕੇ ਇਸਤਕਬਾਲ ਕਰੇਂਦੇ ਰਹੇ, ਇੱਕ ਮਰਤਬਾ ਇਮਾਮ ਉੱਠੇ ਤਾਂ ਬੈਠੇ ਕੋਈ ਨਹੀਂ, ਜ਼ੋਹਰੀ ਨੇੜੇ ਆਇਆ ਖਾਬਾਂ 'ਚ ਰੋਵਣਾ ਤਾਂ ਗੱਲ ਸਮਝੀ, ਜ਼ੋਹਰੀ ਨੇੜੇ ਆਇਆ ਵੱਟੀਆਂ ਗੱਲਾਂ ਨਹੀਂ, ਕਿਤਾਬ ਦੀ ਗੱਲ ਪਿਆ ਕਰੇ ਨਾ, ਜ਼ੋਹਰੀ ਨੇੜੇ ਆ, ਕਦਮਾਂ 'ਤੇ ਹੱਥ ਲਾ ਕੇ ਆਦਾ ਮੌਲਾ ਜਾ ਜਾ ਤੋਂ ਰੱਤ ਪਈ ਬਾਂਧੀ ਏ, ਹਜ਼ੂਰ ਖਲੋਤੇ ਤਾਂ ਉੱਠੇ ਕੋਈ ਨਹੀਂ। ਇਮਾਮ ਫਰਮਾਇਆ ਮਜਮੇ 'ਚ ਡੇ, ਕੋਈ ਤੀਰ ਕਮਾਨ ਲੈ ਕੇ ਤਾਂ ਨਹੀਂ ਬੈਠਾ। ਉਸ ਆਖਿਆ ਮੌਲਾ ਇੱਕ ਸ਼ਿਕਾਰੀ ਆਇਆ ਬੈਠਾ ਹੈ, ਸੈਯਦ ਆਦਾ ਹੁੰਦੇ ਜਾ ਕੇ ਹੱਥ ਜੋੜ, ਉਹਨੂੰ ਆਖ ਸਜਾਦ ਪਿਆ ਦੇ ਤੀਰ ਕਮਾਨ ਛੁਪਾ ਦੇ। ਪਿੱਛੇ ਮੇਰੇ ਬਾਬੇ ਦੀ ਮਜਲਸ ਸੁਣੀ, ਜ਼ੋਹਰੀ ਮਾਤਮ ਕਰਕੇ ਆਦਾ ਮੌਲਾ ਕਿਉਂ, ਸੈਯਦ ਆਦਾ ਤੈਨੂੰ ਪਤਾ ਨਹੀਂ, ਤੇਰੀ ਅੱਖ ਵੇਖ ਨਹੀਂ ਸਕਦੀ, ਕਈ ਵਾਰੀ ਮੇਰੀ ਮਾਂ ਅਸਗਰ ਨੂੰ ਚਾਹ ਕੇ ਆਈ, ਮੇਰੀ ਮਾਂ ਦੀ ਨੀਂਦ ਨੀਂਦ ਪਾਉਂਦੀ, ਮੇਰੀ ਮਾਂ ਵੱਲ ਵੱਜਦੀ, ਆਦੀ ਅਸਗਰ ਆ ਸਾਜਾ ਤੇ ਡਾ ਦਨਾ ਬਿਸਮਿਲ੍ਲਾ, ਮਾਤਮ ਕਰ ਮਜ਼ਲੂਮ ਦੇ ਕੰਮ ਵਿੱਚ ਜੇ ਜਾਇਜ਼ ਰਹਿਤਾ। ਯਾ ਜ਼ਹਰਾ, ਯਾ ਜ਼ਹਰਾ, ਬਤੂਲ ਦੀ ਧੀ ਤੇਰਾ ਮਾਤਮ ਕਬੂਲ ਕਰੇ ਤਾ, ਭਲਾ ਉਹਨੇ ਤੁਹਾਡਾ ਬੜਕੀਲੇ ਲਬਾਸ ਲੋਕਾਂ ਦੇ ਇੱਕ ਵਾਇਣ ਕਰਨ ਲੱਗਾ।
ਇੱਕ ਵਾਕਿਆ ਬੰਦੇ ਨੂੰ ਸੱਦਿਆ, ਪੁੱਛਿਆ, ਯਾਰ ਮੁਹਰਮ ਵਿੱਚ ਈਦਾਂ ਕਦਾ ਹੀ ਨਹੀਂ ਹੋਈਆਂ, ਇਹ ਕਿਹੜੀ ਈਦ ਮਨਾਈ ਬੈਠੇ ਹੋ? ਇਸ ਜੁਮਲੇ ਦੀ ਸਾਰੇ ਮਾਫ਼ੀ ਦੇਵਣਾ, ਬਦਲ ਚ ਲਫਜ਼ ਨਹੀਂ, ਸਾਰੇ ਮਾਫ਼ ਕਰਨਾ। ਉਹ ਜ਼ਾਲਿਮਾਂ ਦਾ ਹਾਕਮ ਹੈ, ਸ਼ਾਮ ਦੀ ਇੱਕ ਬਾਗੀ ਨਾਲ ਜੰਗ ਹੋਈ, ਤੈਨੂੰ ਕਾਫ਼ਰ ਛੱਡੇ ਤਾਂ ਕੋਈ ਨਵੀਂ ਗੱਲ ਨਹੀਂ। ਹਾਕਮ ਹੈ ਸ਼ਾਮ ਦੀ, ਆ ਜਵਾਨੀਆਂ ਮਾਣੇ, ਜਵਾਨ ਹੋ ਕੇ ਨਮਾਜ਼ੀ ਹੋ, ਬਤੂਲ ਦੀਆਂ ਧੀਆਂ ਤੁਹਾਨੂੰ ਰੰਗ ਲਾਵੇਣ। ਸਵੇਰੇ ਤੇਰੇ ਹੱਥ 'ਚ ਤਸਬੀਹ ਦਿੱਤੀ ਹੈ, ਮੇਰਾ ਦਿਲ ਬੜਾ ਖੁਸ਼ ਹੋਇਆ। ਅੱਲਾਹੁ ਅਕਬਰ, ਇਹ ਨਮਾਜ਼ ਨਹੀਂ ਤੇ ਕੁਛ ਨਹੀਂ, ਨਮਾਜ਼ ਦੀ ਕਹਾਣੀ ਆਈ। ਉਹ ਤਾਰੀਖ ਪੜ੍ਹ ਕੇ ਦੇਖ, ਜਿਹਨਾਂ ਦੀ ਫੋੜੀ ਤੇ ਆਈ ਬੈਠਾ ਹੈ, ਜਿੱਥੇ ਆਇਆ ਬੈਠਾ ਹੈ, ਜਿਹੜਾ ਸਿਲਸਿਲਾ ਇਹ ਹੁਣ ਸ਼ੁਰੂ, ਇੱਕ ਅਜ਼ਾਨ ਤੋਂ ਸ਼ੁਰੂ ਹੋਇਆ, ਇੱਕ ਸਜਦੇ ਤੇ ਮੁਕਿਆ। ਅਜਾ ਹਾਕਮ ਹੈ ਸ਼ਾਮ ਦੀ ਬਾਗੀ ਨਾਲ ਜਾਗ, ਬਾਗੀ ਮਰੀ ਗਏ। ਅੱਛਾ, ਬਾਗੀ ਕਿੱਥੋਂ ਦਾ ਵਸਦਾ? ਆਦਾ ਮਦੀਨਾ ਮੁਹੰਮਦ ਦਾ। ਥੱਕੀ ਨਾ ਹੁਣ ਦੋ ਮਿੰਟ। ਸਲਮਾਨ ਅਦਾ, ਖੁਦਾ ਲਾਨਤ ਕਰੀ ਨਬੀ ਦੇ ਸ਼ਾਰ ਦਾ ਹਯਾਤ।